कबीर शाकत ऐसा है कबीर पछाड़
ਜਿਸ ਸੰਸਾਰ ਵਿੱਚ ਰਹਿਣਾ ਤਾਂ ਤੈਨੂੰ ਹਰ ਮੋੜ ਦੀ ਹਰ ਚੰਗੇ ਮੰਦੇ ਦੀ ਪਛਾਣ ਬਹੁਤ ਜ਼ਰੂਰੀ, ਕਿਉਂਕਿ ਇਸ ਸੰਸਾਰ ਦੇ ਇੱਕ ਦਰਖਤ ਨਾਲ ਦੋ ਫਲ ਲੱਗੇ ਹੋਏ ਨੇ। ਇੱਕ ਦਰਖਤ ਨਾਲ ਇੱਕ ਹੀ ਫਲ ਹੋਵੇ ਨਾ, ਮਨੁੱਖ ਨੂੰ ਆਸਾਨੀ ਨਾਲ ਫੈਸਲਾ ਕਰਨਾ ਸੌਖਾ ਰਹਿੰਦਾ। ਵੇਖ ਕੇ ਦਰਖਤ ਦੀ ਪਛਾਣ ਹੋ ਜਾਂਦੀ ਹੈ ਤੇ ਦਰਖਤ ਦੀ ਪਛਾਣ ਹੁੰਦਿਆਂ ਹੀ ਉਹਦੇ ਫਲ ਦਾ ਅੰਦਾਜ਼ਾ ਲੱਗ ਜਾਂਦਾ ਹੈ, ਉਸ ਫਲ ਦਾ ਆਕਾਰ, ਉਸਦਾ ਰੰਗ, ਉਸਦਾ ਰਸ, ਟੇਸਟ, ਸਭ ਕੁਛ ਮਨੁੱਖ ਦੇ ਜ਼ਿਹਨ ਵਿੱਚ ਆ ਜਾਂਦਾ। ਪਰ ਗੁਰੂ ਨੇ ਆਖਿਆ ਭਲਿਆ, ਜਿਸ ਸੰਸਾਰ ਵਿੱਚ ਤੂੰ ਆ ਗਿਆ ਹੈ, ਜਿਸ ਸੰਸਾਰ ਵਿੱਚ ਤੂੰ ਆ ਗਿਆ, ਇੱਥੇ ਬੜੇ ਚੌਕਸੀ ਦੀ ਲੋੜ, ਸਾਵਧਾਨੀ ਦੀ ਲੋੜ, ਕਿਉਂਕਿ ਦਰਖਤ ਇੱਕੋ ਹੈ, ਫਲ ਦੋ ਨੇ, ਫਲ ਦੋ ਨੇ। ਇਸ ਦਰਖਤ ਨਾਲ ਉਹ ਵੀ ਫਲ ਨੇ ਜਿੰਦੀ ਛੋ ਤੇਰਾ ਜੀਵਨ ਬਰਬਾਦ ਕਰ ਸਕਦੀ। ਗੁਰੂ ਨੇ ਬਾਣੀ ਚੱਕ ਕਹਿਣ ਲੱਗੇ, ਵੇਖ ਅੰਮ੍ਰਿਤ ਇੱਕੋ ਹੀ ਦਰਖਤ ਨਾਲ, ਵੇਖ ਕਿ ਜਿਹਨੇ ਕਦੀ ਖਤਰਾ ਮੁੱਲ ਨਹੀਂ ਲਿਆ ਉਹ ਕਦੀ ਬਲਵਾਨ ਨਹੀਂ ਹੁੰਦਾ। ਜਿਹੜੇ ਮਾਂ ਬਾਪ ਆਪਣੇ ਬੱਚਿਆਂ ਨੂੰ ਛੁਪਾ ਛੁਪਾ ਰੱਖਦੇ ਨੇ, ਬੱਚੇ ਉੱਥੇ ਨਾ ਜਾਈ, ਆ ਖਤਰਾ ਹੈ, ਬਸ ਉਹਨਾਂ ਦੇ ਬੱਚੇ ਬੁਜ਼ਦਿਲ ਹੋ ਜਾਂਦੇ ਨੇ। ਬਜਾਏ ਇਸ ਗੱਲ ਦੇ ਕਿ ਖਤਰਿਆਂ ਨਾਲ ਦੋ ਹੱਥ ਕਿਵੇਂ ਕਰਨੇ ਨੇ, ਖਤਰਿਆਂ ਦੀ ਪਛਾਣ ਕਿਵੇਂ ਕਰਨੀ, ਇਸ ਗੱਲ ਦਾ ਬੱਚੇ ਨੂੰ ਗਿਆਨ ਹੋਵੇ, ਉਹ ਤਾਂ ਹੀ ਹੋਵੇਗਾ ਜੇ ਮਾਂ ਬਾਪ ਉਹਨੂੰ ਖਤਰੇ ਮੁੱਲ ਲੈਣ ਦੀ ਆਦਤ ਪਾਉਣਗੇ। ਸਤਿਗੁਰੂ ਐਸਾ ਬਾਪੂ ਹੈ ਜਿਹੜਾ ਕਹਿੰਦਾ ਮੇਰਾ ਬੱਚਾ ਬੁਜ਼ਦਿਲ ਤੇ ਕਮਜ਼ੋਰ ਨਾ ਹੋਵੇ, ਕਮਜ਼ੋਰ ਨਾ ਹੋਵੇ। ਐਵੇਂ ਵੀ ਵਾਰ ਵਾਰ ਇੱਕ ਗੱਲ ਬਾਣੀ ਵਿੱਚ ਆਖ ਗਈ ਕਿ ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਾਇਓ। ਰੋਪੜ ਇਸਕਾ ਸਭ ਸਾਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ ਬਲਵਾਨ ਹੋ ਗਿਆ।
ਬਲਵੰਤਾ ਲਈ ਬਹੁਤ ਜ਼ਰੂਰੀ ਹੈ ਖਤਰਿਆਂ ਨਾਲ ਦੋ ਹੱਥ ਕਰੇ। ਉਹ ਤਾਂ ਹੀ ਹੋ ਸਕਦਾ ਜੇ ਖਤਰਿਆਂ ਨੂੰ ਪਛਾਣੇ। ਇੱਥੇ ਖਲੋਣਾ ਕਹਿਣ ਲੱਗੇ ਜਿਸ ਸੰਸਾਰ ਵਿੱਚ ਆ ਗਏ ਇੱਥੇ ਮੇਰੇ ਮਾਲਕ ਨੇ ਹੀ ਇਹ ਹਾਲਾਤ ਪੈਦਾ ਕੀਤੇ ਨੇ, ਇਹਦੇ ਵਿੱਚ ਕੋਈ ਦੋ ਰਾਇ ਨਹੀਂ। ਪਰ ਉਹ ਹਾਲਾਤ ਤਾਂ ਪੈਦਾ ਕੀਤੇ ਨੇ ਤਾਂ ਕਿ ਤੇਰੀ ਆਤਮਾ ਬਲਵਾਨ ਹੋ ਸਕੇ। ਕਹਿਣ ਲੱਗੇ ਵੇਖ ਬਿਰਖ ਕੋ ਦੋਏ ਫਲ ਲਾਏ। ਫਿਰ ਕਹਿਣ ਲੱਗੇ ਅੱਗੇ ਜਾ ਕੇ ਵਿਖਿਆ ਕਿ ਵਾਸਨਾ ਮਣੇ ਕਰੇ, ਨਾਲੇ ਹਦਾਇਤ ਕਰ ਦਿੱਤੀ। ਉਹ ਹਦਾਇਤ ਕੀ ਸੀ? ਵਿਖਿਆ ਦੀ ਜ਼ਹਿਰ ਦੀ ਵਾਸਨਾ ਵੀ ਤੇਰੇ ਮਨ ਵਿੱਚ ਨਾ ਹੋਵੇ। ਉਹਦੇ ਨੇੜੇ ਵੀ ਨਾ ਜਾ ਰਹੇ ਨੇ ਸਾਹਿਬ ਅੰਦਰ। ਕਈ ਵਾਰ ਪੜ੍ਹਨੇ ਆ ਗੁਰੂ ਤੀਜੇ ਪਾਤਸ਼ਾਹ ਜੀ ਦਾ ਇੱਕ ਬਚਨ ਕਿ ਕੂੜਤੀ ਸੋਏ ਪਹੁੰਚੇ ਨਾਲੀ ਵਾਸ਼ਨਾ। ਸੋ ਹੁਣ ਕੂੜ ਕਿੰਨੇ ਪੈਦਾ ਕੀਤਾ? ਸੱਚ ਤੇ ਕੂੜ ਦੋਨੋਂ ਪੈਦਾ ਤਾਂ ਉਸਨੇ ਕੀਤੇ। ਦਿਨ ਤੇ ਰਾਤ, ਚਾਨਣ ਤੇ ਅੰਧੇਰਾ ਪੈਦਾ ਤਾਂ ਉਸੇ ਨੇ ਕੀਤਾ, ਪਰ ਸਾਨੂੰ ਚੋਣ ਕਰਨ ਦੀ ਹਦਾਇਤ ਕੀਤੀ। ਉਹਦੇ ਵਿੱਚ ਇੱਕ ਹਦਾਇਤ ਕਰ ਦਿੱਤੀ ਕਿ ਵਿਖਿਆ ਕੀ ਵਾਸਨਾ ਮਣੇ ਕਰੇ, ਜ਼ਹਿਰ ਦੀ ਵਾਸਨਾ ਨਹੀਂ ਲੈਣੀ। ਹੁਣ ਇੱਥੇ ਖਲੋ ਕੇ ਸੋਚਣਾ ਪਏਗਾ ਕਿ ਜੇ ਪਛਾਣ ਹੋਏਗੀ ਤਦ ਹੀ ਮਨਾ ਹੋਏਗੀ ਨਾ। ਇਹਦਾ ਮਤਲਬ ਸਾਨੂੰ ਅੰਮ੍ਰਿਤ ਤੇ ਬਿਰਖ ਦੀ ਪਛਾਣ ਹੋਣੀ ਚਾਹੀਦੀ। ਇੱਥੇ ਗੱਲ ਪਛਾਣ ਤੇ ਆ ਜਾਏਗੀ, ਜ਼ਿੰਮੇਵਾਰੀ ਆ ਜਾਏਗੀ। ਜੇ ਬਿਰਖ ਤੇ ਅੰਮ੍ਰਿਤ ਦੋਨੋਂ ਹੀ ਇੱਕੋ ਦਰਖਤ ਨਾਲ ਭਾਵ ਇੱਕੋ ਸੰਸਾਰ ਵਿੱਚ ਮੌਜੂਦ ਨੇ, ਬਲਕਿ ਗੁਰੂ ਨੇ ਤਾਂ ਬਾਣੀ ਵਿੱਚ ਇੱਥੋਂ ਤੱਕ ਕਹਿ ਦਿੱਤਾ ਆਸ ਪਾਸ ਬਿਖੂਆ ਕੇ ਕੁੰਟਾ ਬੀਜ ਅੰਮ੍ਰਿਤ ਹੈ ਭਾਈ ਰੇ। ਅੰਮ੍ਰਿਤ ਜਿਹੜਾ ਹੈ ਉਹ ਜ਼ਹਿਰ ਨਾਲ ਘਿਰਿਆ ਹੋਇਆ ਹੈ, ਆਸ ਪਾਸ ਜ਼ਹਿਰ ਹੀ ਜ਼ਹਿਰ ਹੈ। ਅੱਜ ਸੰਸਾਰ ਅੰਦਰ ਦੇਖ ਲਓ ਆਸ ਪਾਸ ਜ਼ਿੰਦਗੀ ਦੇ ਜ਼ਹਿਰ ਹੈ, ਅੰਮ੍ਰਿਤ ਚ ਢੂੰਡਣਾ ਪੈਂਦਾ ਹੈ। ਕਿ ਗੁਰੂ ਨੇ ਵੀ ਅਰਥ ਦਿੱਤਾ ਆਸ ਪਾਸ ਬਿਖੂਆ ਕੇ ਕੁੰਟਾ ਬੀਜ ਅੰਮ੍ਰਿਤ ਹੈ ਭਾਈ ਰੇ, ਘਿਰਿਆ ਹੋਇਆ ਜ਼ਹਿਰ ਨਾਲ। ਹੁਣ ਜਿਹੜੀ ਚੀਜ਼ ਘਿਰੀ ਹੋਈ ਹੈ ਉਹ ਪਹਿਲਾਂ ਦੱਸੇਗੀ। ਜਿਹੜੀ ਚੀਜ਼ ਨੇ ਘਿਰਿਆ ਹੋਇਆ ਚਾਰਚ ਫੇਰੋ, ਕਿਸੇ ਰਸਤੇ ਵੀ ਆਓ ਉਸ ਰਸਤੇ ਤੇ ਬਿਖ ਖਲੋਤੀ ਹੈ ਕਿ ਗੁਰਦੁਆਰੇ ਦੇ ਰਾਹ ਤੇ ਬਿਖ ਨੇ ਬਿਖਲੋਤੀ। ਫਿਰ ਤੈਨੂੰ ਜ਼ਹਿਰ ਦੀ ਪਛਾਣ ਹੋਣੀ ਚਾਹੀਦੀ ਹੈ। ਹੁਣ ਇੱਥੋਂ ਆਪਾਂ ਬਾਬਾ ਕਬੀਰ ਜੀ ਦੇ ਅੱਜ ਦੇ ਕਹੇ ਹੋਏ ਲਫ਼ਜ਼ ਨੂੰ ਸਾਹਮਣੇ ਰੱਖਣਾ, ਕਿਉਂਕਿ ਜ਼ਹਿਰ ਤੇ ਅੰਮ੍ਰਿਤ ਦੋਹਾਂ ਦੀ ਪਛਾਣ ਬਹੁਤ ਜ਼ਰੂਰੀ ਹੈ।
ਮਨੁੱਖ ਨੂੰ ਜੀਵਨ ਲਈ ਅੰਮ੍ਰਿਤ ਚਾਹੀਦਾ ਕਿਉਂਕਿ ਅੰਮ੍ਰਿਤ ਦਾ ਸੰਬੰਧ ਹੀ ਜੀਵਨ ਨਾਲ ਹੈ, ਲਹਿਰ ਦਾ ਸੰਬੰਧ ਮੌਤ ਨਾਲ ਹੈ। ਦੁਨੀਆਂ ਦਾ ਮਨੁੱਖ ਜੀਉਣਾ ਚਾਹੁੰਦਾ, ਮਰਨਾ ਚਾਹੁੰਦਾ ਨਹੀਂ। ਜੀਵਿਆ ਲੋੜੇ ਸਭ ਕੁਝ ਦੁਨੀਆਂ ਅੰਦਰ ਜਿੰਨਾ ਕੁਝ ਵੀ ਇਸਨੇ ਸਾਜਿਆ, ਜੋ ਕੁਝ ਅਡੰਬਰ ਕੀਤਾ, ਸਭ ਜੀਵਨ ਲਈ। ਜੀਵਨ ਇਸਨੂੰ ਚੰਗਾ ਲੱਗਦਾ, ਫਿਰ ਇਸਨੂੰ ਜ਼ਹਿਰ ਤੇ ਅੰਮ੍ਰਿਤ ਦੀ ਪਛਾਣ ਹੋਣੀ ਚਾਹੀਦੀ ਹੈ ਨਾ, ਬਹੁਤ ਜ਼ਰੂਰੀ। ਹੁਣ ਇੱਥੇ ਦੇਖਣਾ ਇਹ ਹੈ ਕਿ ਦੁਨੀਆਂ ਅੰਦਰ ਜਿੰਨੇ ਗੁਨਾਹ ਨੇ, ਜਿੰਨੇ ਜ਼ਹਿਰ ਦੇ ਸਮਾਨ ਨੇ, ਉਹ ਛੁਪਾਏ ਜਾਂਦੇ ਨੇ। ਪਾਪ ਹਮੇਸ਼ਾ ਪਰਦਾ ਪਾਲਦਾ, ਜਿੰਨੇ ਗੁਨਾਹ ਨੇ ਉਹਨਾਂ ਨੂੰ ਪਰਦਾ ਚਾਹੀਦਾ, ਉਹਨਾਂ ਨੂੰ ਸੱਚ ਨੂੰ ਪਰਦਾ ਨਹੀਂ ਚਾਹੀਦਾ। ਸੱਚ ਕਦੇ ਨਹੀਂ ਚਾਹੁੰਦਾ ਮੈਨੂੰ ਪਰਦੇ ਚ ਰੱਖੋ, ਕੂਬ ਜਾਂਦਾ। ਲੋਕ ਆਖਦੇ ਨੇ ਇੱਕ ਝੂਠ ਬੋਲੋ ਉਹਨੂੰ ਛੁਪਾਉਣ ਲਈ ਫਿਰ 100 ਝੂਠ ਹੋਰ ਬੋਲਣਾ ਪੈਂਦਾ, ਆਮ ਕਹਾਵਤ। ਉਹ ਕਿਉਂ ਬੋਲਣਾ ਪੈਂਦਾ? ਕਿਉਂਕਿ ਝੂਠ ਹੈ, ਉਹਨੂੰ ਛੁਪਾਉਣਾ। ਝੂਠ ਗੁਨਾਹ ਹੈ, ਗੁਨਾਹ ਨੂੰ ਛੁਪਾਉਣ ਵਾਸਤੇ ਫਿਰ ਗੁਨਾਹ ਕਰਨਾ, ਉਹ ਛੁਪਾਉਣਾ ਚਾਹੀਦਾ। ਦੁਨੀਆਂ ਅੰਦਰ ਜਿੰਨੇ ਵੀ ਗੁਨਾਹ ਨੇ ਉਹ ਪਰਦਾ ਚਾਹੁੰਦੇ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕਹਿਣ ਲੱਗੇ ਮੁੱਕਰ ਪਾਵੇ ਕੀ ਹੈ, ਮੁੱਕਰ ਜਾਣਾ ਮੈਂ ਤਾਂ ਕੀਤਾ ਹੀ ਹੈ। ਮੁੱਕਰ ਦਾ ਕੌਣ ਹੈ ਜਿਹੜਾ ਆਪਣੇ ਪਾਪ ਨੂੰ ਛੁਪਾਉਣਾ ਚਾਹੁੰਦਾ, ਕਿਸੇ ਨੂੰ ਪਤਾ ਹੀ ਨਾ ਲੱਗੇ, ਮੈਂ ਆਖ ਲਿਆ ਮੈਂ ਤਾਂ ਕੀਤਾ ਹੀ ਨਹੀਂ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਪਾਪ ਕਰੇ ਕਰ ਮੁੱਕਰ ਪਾਵੇ, ਤੇ ਜੇ ਫਿਰ ਵੀ ਉਹਨੂੰ ਡਰ ਹੋਵੇ ਨਾ ਮੇਰੀ ਗੱਲ 'ਤੇ, ਕਿਸੇ ਨੇ ਵਿਸ਼ਵਾਸ ਨਹੀਂ ਕਰਨਾ ਮੈਂ ਮੁੱਕਰ ਜਾਵਾਂਗਾ, ਮੈਂ ਨਹੀਂ ਕੀਤਾ, ਫਿਰ ਵੀ ਲੋਕ ਮੈਨੂੰ ਪਾਪੀ ਸਮਝ ਜਾਣਗੇ, ਫਿਰ ਕੀ ਕਰਦਾ? ਭੇਖ ਕਰੇ ਨਿਰਵਾਣੇ, ਲਾਈਨ ਦਾ ਆਖਰੀ ਲਫ਼ਜ਼। ਫਿਰ ਉਹ ਨਿਰਵਾਣਾ ਵਾਲਾ, ਸਾਧਾ ਵਾਲਾ ਭੇਖ ਬਣਾਉਂਦਾ, ਤਾਂ ਕਿ ਮੈਨੂੰ ਆਖਣ ਦੀ ਲੋੜ ਹੀ ਨਾ ਪਵੇ ਮੈਂ ਪਾਪ ਨਹੀਂ ਕੀਤਾ। ਲੋਕ ਆਖਣਾ ਇਹੋ ਜਿਹਾ ਸਾਧੂ ਭਲਾ ਪਾਪ ਕਰ ਸਕਦਾ? ਅੱਜ ਦੇ ਹੱਥ ਵਿੱਚ ਮਾਲ ਹੈ, ਲੰਬਾ ਚੋਲ ਹੈ, ਕੋਲ ਪੱਗ ਬਣੀ ਹੋਈ ਹੈ, ਤਾਂ ਸਾਧੂ ਹੈ, ਮਹਾਤਮਾ ਹੈ। ਇਹੋ ਜਿਹਾ ਮਹਾਤਮਾ ਪਾਪ ਕਰ ਸਕਦਾ? ਉਹ ਭੇਖ ਵੀ ਅਸਲ ਵਿੱਚ ਭੇਖ ਨਹੀਂ, ਆਪਣੇ ਪਾਪ ਨੂੰ ਛੁਪਾਉਣ ਦਾ ਇੱਕ ਪਰਦਾ ਹੈ। ਗੁਰੂ ਕਹਿੰਦੇ ਨੇ ਕਿ ਦੁਨੀਆਂ ਦਾ ਹਰ ਕਿਰਤੀ ਮਨੁੱਖ ਆਪਣੇ ਨਾਂ ਦਾ ਬੋਰਡ ਲਗਾਉਂਦਾ ਹੈ, ਬਜਾਜ ਦੀ ਦੁਕਾਨ ਹੈ, ਲੋਹਾਰ ਦੀ ਦੁਕਾਨ ਹੈ, ਸੁਨਾਰ ਦੀ ਦੁਕਾਨ ਹੈ, ਬਲਕਿ ਘਰ ਦੇ ਦਰਵਾਜ਼ੇ ਦੇ ਸਾਹਮਣੇ ਵੀ ਨੇਮ ਪਲੇਟ ਲਗਾ ਕੇ ਲਿਖ ਦਿੰਦਾ, ਇਹ ਬਜਾਜ ਦਾ ਘਰ ਹੈ, ਇਹ ਸੁਨਾਰ ਦਾ ਘਰ ਹੈ। ਅਤੇ ਮੈਂ ਅਰਜ਼ ਕੀਤੀ ਸੀ, ਚੋਰੀ ਕੋਈ ਸੌਖਾ ਕੰਮ ਹੈ? ਕੰਮ ਤਾਂ ਦੂਜੇ ਨਾਲ ਔਖਾ ਹੈ। ਸੁਨਾਰ ਗੱਦੀ ਲਾ ਕੇ ਬੈਠਾ, ਏਸੀ ਚੱਲ ਰਿਹਾ, ਉੱਪਰ ਪੱਖਾ ਚੱਲ ਰਿਹਾ, ਨੌਕਰ ਦਰਵਾਜ਼ੇ 'ਤੇ ਖਲੋ, ਬਜਾਜ ਆਪਣੀ ਗੱਦੀ 'ਤੇ ਬੈਠਾ, ਪਰ ਸੁਨਾਰ ਜਿਹੜਾ ਚੋਰ ਹੈ ਉਹ ਤਾਂ ਰਾਤ ਦੇ ਅੰਧੇਰੇ 'ਚ ਠੋਕਰਾਂ ਪਿਆ ਖਾਂਦਾ, ਪਤਾ ਨਹੀਂ ਉਹਦੇ ਹੱਥ ਵੀ ਕੁਝ ਆਉਂਦਾ ਕਿ ਨਹੀਂ ਆਉਣਾ। ਕੰਮ ਸੌਖਾ ਨਹੀਂ, ਚੋਰੀ ਕੰਮ ਬੜਾ ਔਖਾ, ਬਾਕੀ ਕੰਮ ਸੌਖੇ ਨੇ, ਚੋਰੀ ਕੰਮ ਔਖਾ ਹੈ। ਪਰ ਕਿਹੜੀ ਅਜੀਬ ਗੱਲ ਹੈ, ਔਖਾ ਕੰਮ ਹੋਣ ਦੇ ਬਾਵਜੂਦ ਕਿਉਂਕਿ ਚੰਗਾ ਨਹੀਂ, ਪਾਪ ਹੈ, ਪੁੰਨ ਨਹੀਂ, ਗੁਰੂ ਨੇ ਵੀ ਬਾਣੀ ਵਿੱਚ ਆਖ ਦਿੱਤਾ, ਚੋਰ ਕੀ
ਸਿੱਧਾ ਕਿਉਂ ਹੋਏ ਚੋਰ ਕੀਆ ਚੰਗਾ ਕਿਉਂ ਚੋਰ ਸੁਹਲ ਚੋਰ ਸਿਆਣਾ ਖੋਟੇ ਕਾ ਮੁੱਲ ਇੱਕ ਦੁਗਾਣਾ ਜੇ ਸਾਥ ਰੱਖੀਏ ਦੀਜੇ ਰਲਾਏ ਜਾਂ ਪਰਖੀਏ ਖੋਟਾ ਹੋਏ ਜਾਏ ਇਸ ਲਈ ਚੋਰ ਚਾਹੁੰਦਾ ਮੇਰੀ ਕੋਈ ਪਰਖ ਨਾ ਕਰ ਲੈ ਪਾਪ ਪਛਾਣ ਨਾ ਕਰ ਲੈ ਇਹੋ ਕਾਰਨ ਹੈ ਚੋਰ ਨੇ ਕਦੀ ਆਪਣੇ ਘਰ ਦੇ ਦਰਵਾਜ਼ੇ ਤੇ ਨੇਮ ਪਲੇਟ ਨਹੀਂ ਲਗਾਈ ਇਹ ਚੋਰ ਦਾ ਘਰ ਹੈ ਕਿਉਂਕਿ ਉਹ ਤੇ ਚਾਹੁੰਦਾ ਮੇਰਾ ਕਿਸੇ ਨੂੰ ਪਤਾ ਹੀ ਨਾ ਲੱਗ ਜਾਏ ਮੈਂ ਚੋਰ ਚੋਰ ਹਾਂ ਜੇ ਪਤਾ ਹੁੰਦਾ ਕਿਸੇ ਨੂੰ ਪਤਾ ਲੱਗ ਵੀ ਜਾਏ ਤਾਂ ਮਹਲਾ ਹੀ ਛੱਡ ਜਾਂਦਾ ਕਹਿੰਦਾ ਇੱਥੇ ਮੇਰਾ ਪਤਾ ਲੱਗ ਗਿਆ ਮੈਂ ਚੋਰ ਹਾਂ ਇਹਦਾ ਮਤਲਬ ਗੁਨਾਹ ਪਾਪ ਜਿਹੜਾ ਹੈ ਜਿਹੜਾ ਵੀ ਚੰਗਾ ਕੰਮ ਨਹੀਂ ਜਿਹੜਾ ਨੇਕੀ ਨਹੀਂ ਬੁਰਾਈ ਹੈ ਉਹ ਪੜਦਾ ਚਾਹੁੰਦੀ ਹੈ ਪੜਦਾ ਚਾਹੁੰਦੀ ਹੈ ਔਰ ਦੂਜਾ ਪੱਖ ਬੁਰਾਈ ਹਮੇਸ਼ਾ ਪੜਦੇ ਵਿੱਚ ਵੱਧਦੀ ਹੈ ਆਮ ਰੋਜ਼ਾਨਾ ਜੀਵਨ ਵਿੱਚੋਂ ਕੁਝ ਗੱਲਾਂ ਵਿਚਾਰਨ ਵਾਲੀਆਂ ਜਿੰਨੀ ਦੇਰ ਪਾਪ ਤੇ ਪੜਦਾ ਪਾਇਆ ਜਾ ਸਕਦਾ ਓਨੀ ਦੇਰ ਪਾਪ ਕਦੀ ਖਤਮ ਨਹੀਂ ਹੋ ਜਾਂਦਾ ਜਿੰਨੀ ਦੇਰ ਗੁਨਾਹ ਛੁਪਾਇਆ ਜਾ ਸਕਦਾ ਓਨੀ ਦੇਰ ਗੁਨਾਹ ਕਦੀ ਖਤਮ ਨਹੀਂ ਹੁੰਦਾ ਵੱਧਦਾ ਚਲਾ ਜਾਂਦਾ ਕਿਉਂਕਿ ਉਹਨੂੰ ਪਤਾ ਹੈ ਮੈਂ ਛੁਪਾ ਸਕਣਾ ਕਤਲ ਕਦੀ ਖਤਮ ਨਹੀਂ ਹੁੰਦੇ ਕਾਤਲ ਕਦੀ ਖਤਮ ਨਹੀਂ ਹੁੰਦੇ ਜਿੰਨੀ ਦੇਰ ਉਹ ਬੇਪੜਦ ਨਾ ਹੋ ਜਾਣ ਚਾਹੀਦਾ ਇਸੇ ਲਈ ਨੇ ਇੱਕ ਸਵਾਲ ਖੜਾ ਕਰ ਦਿੱਤਾ ਕਹਿਣ ਲੱਗੇ ਜੇ ਪਾਪ ਖਤਮ ਹੁੰਦੇ ਨੇ ਤਾਂ ਕਿ ਉਹਨਾਂ ਤੋਂ ਪੜਦਾ ਲੈ ਜਾਏ ਬੇਪੜਦ ਹੋ ਜਾ ਉਹ ਪੜਦਾ ਚਾਹੁੰਦੇ ਨੇ ਤੇ ਗੁਰੂ ਕਹਿੰਦੇ ਨੇ ਆਪਣੀ ਰਸਾਂ ਤੋਂ ਬਾਬਾ ਕਬੀਰ ਜੀ ਦੀ ਰਸਨਾ ਤੇ ਬੈਠ ਕੇ ਇੱਕ ਫੈਸਲਾ ਦਿੰਦੇ ਨੇ ਕਹਿੰਦੇ ਨੇ ਉਹ ਪੜਿਆ ਇਸ ਖਿਆਲੋਂ ਗੁਨਾਹ ਨਾ ਕਰੀ ਜਾ ਕਿ ਮੈਂ ਗੁਨਾਹ ਤੇ ਪੜਦਾ ਪਾ ਸਕਣਾ ਦੁਨੀਆਂ ਦੇ ਗੁਨਾਹਗਾਰ ਮਨੁੱਖ ਪਾਪ ਕਰਨ ਵਾਲੇ ਮਨੁੱਖ ਨਰ ਅਚੇਤ ਪਾਪ ਤੇ ਡਰ ਰਹੇ ਪਾਪ ਤੋਂ ਡਰ ਕਿਉਂ ਤੂੰ ਸਮਝਣਾ ਮੈਂ ਪਾਪਾਂ ਤੇ ਪੜਦਾ ਪਾ ਲਵਾਂਗਾ ਇਹ ਠੀਕ ਹੈ ਪਾਪਾਂ ਵਾਲਾ ਪੜਦਾ ਚਾਹੁੰਦਾ ਪਰ ਵਿਸ਼ਵਾਸ ਕਰ ਕਿਤੇ ਇਸ ਭੁਲੇਖੇ ਵਿੱਚ ਨਾ ਰਹੀ ਤੂੰ ਪਾਪਾਂ ਤੇ ਪੜਦਾ ਪਾ ਲਏਗਾ ਪਾਪ ਤਾਂ ਆਪਣੇ ਆਪ ਵਿੱਚ ਨਸ਼ਰ ਹੁੰਦਾ ਹੈ ਤੂੰ ਕੋਸ਼ਿਸ਼ ਕਰੇ ਅੱਜ ਨਹੀਂ ਕੱਲ ਪਾਪ ਨੇ ਆਪ ਪੜਦਾ ਲਾਖ ਬਾਹਰ ਆ ਜਾਣਾ ਸਿਆਣੇ ਲੋਕਾਂ ਨੇ ਜਿਹੜੀਆਂ ਕਹਾਵਤਾਂ ਬਣਾਈਆਂ ਨੇ ਲੋਕ ਕਹਿੰਦੇ ਨੇ ਖੂਨ ਜਿਹੜਾ ਕੋਠੇ ਤੇ ਚੜ੍ਹ ਕੇ ਬੋਲ ਰਹੇ ਨੇ ਕਹਾਵਤਾਂ ਨੀ ਬਣੀਆਂ ਖੂਨ ਕੀਤਾ ਹੋਇਆ ਕੋਠੇ ਤੇ ਚੜ੍ਹ ਕੇ ਬੋਲਦਾ ਭਾਵ ਛੁਪਾਇਆ ਨਹੀਂ ਜਾ ਸਕਦਾ ਤੇ ਗੁਰੂ ਵੀ ਇਹੋ ਗੱਲ ਕਹਿੰਦੇ ਨੇ ਕਹਿੰਦੇ ਨੇ ਭਲਿਆ ਮੈਂ ਤੈਨੂੰ ਵਿਸ਼ਵਾਸ ਦਵਾਉਣਾ ਪਾਪ ਕਦੀ ਇਸ ਖਿਆਲੋਂ ਨਾ ਕਰੀ ਜਾ ਕਿ ਮੈਂ ਪੜਦੇ ਤੇ ਵਿੱਚ ਛੁਪਾ ਲਵਾਂਗਾ ਬਲਕਿ ਉਹ ਸਾਕਤ ਪੁਰਸ਼ ਉਹ ਮਨੁੱਖ ਜਿਹੜਾ ਪਾਪਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਬੈਠਾ ਤੇ ਇਸ ਖਿਆਲੋਂ ਬਣਾ ਬੈਠਾ ਕਿ ਮੇਰੇ ਪਾਪ ਕੌਣ ਦੇਖਦਾ ਮੈਂ ਛੁਪਾ ਸਕਦਾ ਬਾਬਾ ਕਬੀਰ ਉਹਨੂੰ ਮੁਖਾਤਬ ਕਰਦੇ ਨੇ ਕਹਿੰਦੇ ਨੇ ਭਲਿਆ ਗੁਨਾਹ ਕਰਨ ਵਾਲਾ ਸਾਧਕ ਪੁਰਸ਼ ਜਿਹੜਾ ਹੈ ਉਹ ਆਪਣੇ ਪਾਪਾਂ ਨੂੰ ਗੁਨਾਹਾਂ ਨੂੰ ਛੁਪਾ ਨਹੀਂ ਸਕਦਾ ਕਿਉਂ ਕਿਉਂਕਿ ਉਹ ਗੁਨਾਹ ਉਹਦੇ ਸੁਭਾਅ ਵਿੱਚ ਸ਼ਾਮਿਲ ਹੋ ਗਏ ਨੇ ਲੋਕ ਇੱਥੇ ਬੁੱਕਣਾ ਚਾਹੁੰਦੇ ਛੋਟੀ ਛੋਟੀ ਗੱਲਾਂ ਨੂੰ ਵਿਚਾਰਨਾ ਕਿਉਂਕਿ ਸੁਭਾਅ ਕਦੀ ਇੱਕ ਦਿਨ ਵਿੱਚ ਨਹੀਂ ਬਣਦਾ ਕਦੀ ਇੱਕ ਦਿਨ ਵਿੱਚ ਨਹੀਂ ਬਣਦਾ ਪਹਿਲੇ ਦਿਨ
ਤੁਸੀਂ ਕੋਈ ਕੰਮ ਕੋਈ ਖਾਣਾ ਖਾਓ ਉਹ ਸੁਭਾਅ ਵਿੱਚ ਸ਼ਾਮਿਲ ਨਹੀਂ ਹੁੰਦਾ। ਦੋ ਚਾਰ ਦਿਨ, ਦਸ ਦਿਨ, ਵੀਹ ਦਿਨ, ਫਿਰ ਉਹ ਸੁਭਾਅ ਵਿੱਚ ਸ਼ਾਮਿਲ ਹੋ ਜਾਂਦਾ। ਫਿਰ ਤੁਸੀਂ ਉਸਨੂੰ ਛੁਪਾਉਣਾ ਵੀ ਚਾਹੋ, ਤੁਹਾਨੂੰ ਮਜਬੂਰ ਕਰਦਾ ਅਤੇ ਤੁਹਾਡੀਆਂ ਆਦਤਾਂ ਤੁਹਾਡੇ ਸੁਭਾਅ ਵਿੱਚ ਸ਼ਾਮਿਲ ਹੋ ਕੇ ਦੁਨੀਆ ਦੇ ਸਾਹਮਣੇ ਆ ਜਾਂਦਾ। ਗੁਰੂ ਕਹਿੰਦੇ ਨੇ ਸਾਕਤ ਪੁਰਸ਼ ਗੁਨਾਹਗਾਰ ਮਨੁੱਖ ਮਤ ਸਮਝੇ ਕਿ ਮੇਰੇ ਗੁਨਾਹ ਛੁਪੇ ਰਹਿ ਜਾਣਗੇ, ਬਲਕਿ ਉਹ ਗੁਨਾਹ ਜਿਹੜੇ ਨੇ ਉਹਦੇ ਸੁਭਾਅ ਵਿੱਚ ਸ਼ਾਮਿਲ ਹੋਣਗੇ, ਹੌਲੀ ਹੌਲੀ ਤੇਰੇ ਜੀਵਨ ਦਾ ਹਿੱਸਾ ਬਣਨਗੇ। ਅਤੇ ਫਿਰ ਉਹ ਜੀਵਨ ਲੈ ਕੇ ਤੂੰ ਜਿਸ ਕੋਨੇ ਵਿੱਚ ਵੀ ਛੁਪਣ ਦੀ ਕੋਸ਼ਿਸ਼ ਕਰੇਗਾ ਵੀ ਮੇਰੇ ਗੁਨਾਹ ਕੋਈ ਨਾ ਵੇਖੇ, ਉਹ ਗੁਨਾਹ ਦੁਨੀਆ ਦੇ ਸਾਹਮਣੇ ਇਉਂ ਨਸ਼ਰ ਹੋਣਗੇ। ਇੱਕ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਨੇ ਜਿਵੇਂ ਕੋਈ ਕੋਨੇ ਇੱਕ ਕਿਨਾਰੇ 'ਤੇ ਗੋਸ਼ੇ ਵਿੱਚ ਬੈਠ ਕੇ ਲਸਣ ਖਾ ਲੈ ਨਾ, ਲਸਣ ਖਾ ਲੈ ਨਾ ਅਤੇ ਆਖੇ ਮੈਂ ਨਹੀਂ ਖਾਧਾ, ਲਸਣ ਆਪਣੇ ਆਪ ਬੋਲ ਕੇ ਕਹਿੰਦਾ ਇੱਥੇ ਕੋਈ ਮਨੁੱਖ ਐਸਾ ਬੈਠਾ ਜਿਹਨੇ ਲਸਣ ਖਾਧਾ। ਕਹਿਣ ਲੱਗੇ ਬਸ ਸਾਕਤ ਪੁਰਸ਼ ਦੀ ਉਹ ਹਾਲਤ ਹੈ, ਉਹ ਗੁਨਾਹ ਕਰਕੇ ਛੁਪਾਉਣਾ ਵੀ ਚਾਹੇ ਦੁਨੀਆਂ ਨੂੰ ਪਤਾ ਲੱਗ ਜਾਂਦਾ ਹੈ ਗੁਨਾਹ ਦਾ। ਕਹਿੰਦੇ ਨੇ ਲਸਣ ਕੀ ਖਾਨ, ਲਸਣ ਦਾ ਖਾਣਾ, ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈ ਹੈ, ਕੋਨੇ ਬੈਠੇ ਖਾਈ ਹੈ ਪ੍ਰਗਟ ਹੋਏ ਨਿਦਾਨ। ਮੈਂ ਗੁਨਾਹ ਨੂੰ ਛੁਪਾ ਦੇਵਾਂਗਾ, ਹਾਂ ਗੁਨਾਹ ਛੱਡ ਦੇ, ਛੱਡ ਦੇ। ਹੁਣ ਅਗਲਾ ਸਵਾਲ ਆ ਗਿਆ, ਗੁਨਾਹ ਕਿਵੇਂ ਛੱਡਾਂ? ਇੱਕੋ ਹੀ ਸੰਸਾਰ ਵਿੱਚ ਨੇ ਗੁਨਾਹ ਤੇ ਗੁਣ, ਅਵਗੁਣ ਤੇ ਗੁਣ ਇੱਕੋ ਸੰਸਾਰ ਵਿੱਚ ਨੇ, ਕਿਵੇਂ ਛੱਡਾਂ? ਸੰਸਾਰ ਬਿਰਖ ਕੋ ਦੋਏ ਫਲ ਲਾਏ, ਇਸੇ ਸੰਸਾਰ ਬਿਰਖ ਨਾਲ ਦੋਨੋ ਫਲ ਲੱਗੇ ਹੋਏ ਨੇ, ਗੁਣ ਵੀ ਤੇ ਗੁਨਾਹ ਵੀ, ਕਿਵੇਂ ਛੱਡਾਂ? ਫੈਸਲਾ ਕਿੱਡਾ ਕਮਾਲ ਦਾ ਦਿੰਦੇ ਨੇ, ਕਿਵੇਂ ਛੱਡਾਂ? ਦੋਨੋ ਫਲ ਇੱਥੇ ਲੱਗੇ ਹੋਏ ਨੇ, ਮੈਨੂੰ ਜੀਵਨ ਮੇਰੇ ਮਾਲਕ ਨੇ ਦਿੱਤਾ ਹੈ, ਉਹ ਉਹਨਾਂ ਦਿੱਤਾ ਹੋਇਆ, ਪਰ ਇਸ ਜੀਵਨ ਵਿੱਚ ਹੀ ਗੁਣ ਵੀ ਨੇ ਤੇ ਅਵਗੁਣ ਵੀ ਨੇ, ਮਨ ਦੁੱਧ ਵਿੱਚ ਹੀ ਦੋਨੋਂ ਚੀਜ਼ਾਂ, ਕਿਵੇਂ ਛੱਡਾਂ? ਕਹਿਣ ਲੱਗੇ ਉਹ ਛੱਡਣ ਦਾ ਤਰੀਕਾ ਹੈ ਗੁਰੂ ਤੈਨੂੰ ਪਛਾਣ ਦੇਵੇ, ਗਿਆਨ ਜਿਹੜਾ ਪਛਾਣ ਦਿੰਦਾ ਹੈ, ਗਿਆਨ ਪਛਾਣ ਦਿੰਦਾ ਹੈ। ਕਹਿਣ ਲੱਗੇ ਮਾਇਆ ਇੱਕ ਉਹ ਬਰਤਨ ਹੈ, ਉਹ ਚਾਟੀ ਹੈ ਜਿਹਦੇ ਵਿੱਚ ਦੁੱਧ ਹੈ, ਜੀਵਨ ਦੁੱਧ ਹੈ, ਤੇ ਦੁੱਧ ਵਿੱਚ ਦੋ ਚੀਜ਼ਾਂ ਨੇ, ਮੱਖਣ ਵੀ ਹੈ ਤੇ ਲੱਸੀ ਵੀ ਹੈ, ਦੋਵਾਂ ਨੂੰ ਵੱਖਰਾ ਵੱਖਰਾ ਕਰ ਲੈਣਾ, ਰਿਟੁੜਕ ਹੀ ਹੈ ਲੱਸੀ ਤੇ ਮੱਖਣ ਵੱਖ ਵੱਖ ਹੋ ਜਾਣ, ਉਸੇ ਦੇ ਨਾਲ ਜਿੰਨੀ ਦੇਰ ਲੱਸੀ ਤੇ ਮੱਖਣ ਵੱਖਰੇ ਵੱਖਰੇ ਨਾ ਹੋਣ, ਮਨ ਰਿੜਕਿਆ ਗਿਆ ਹੀ ਨਹੀਂ, ਰਿੜਕਾ ਕੰਪਲੀਟ ਨਹੀਂ ਹੋਇਆ, ਉਦੋਂ ਹੀ ਰਿੜਕਾ ਕੰਪਲੀਟ ਹੋਵੇਗਾ ਜਦੋਂ ਮੱਖਣ ਤੇ ਲੱਸੀ ਵੱਖ ਵੱਖ ਹੋ ਜਾਣਗੇ। ਲੱਸੀ ਕੀ ਹੈ? ਜੀਵਨ ਦੇ ਫੋਕਟ ਕਰਨ ਜਿਹਨਾਂ ਦਾ ਕੋਈ ਅਰਥ ਨਹੀਂ,
ਜਿਹੜੇ ਗੁਨਾਹ ਜੀਵਨ ਨੂੰ ਬਰਬਾਦ, ਜੀਵਨ ਦੇ ਕੀਮਤੀ ਸਵਾਸ ਜਿਹੜੇ ਨੇ ਉਹਨੂੰ ਬਰਬਾਦ ਕਰ ਰਹੇ ਨੇ। ਤੇ ਮੱਖਣ ਦੀ ਵੈਲਿਊ ਦੇਖਣਾ ਹੀ ਹੈ। ਘਰਾਂ ਵਿੱਚ ਜਿਹੜੇ ਮਾਤਾਵਾਂ ਵੀ ਕਈ ਬੈਠੀਆਂ ਨੇ ਜਿਹਨਾਂ ਨੇ ਉਸ ਸਮੇਂ ਵੇਖੇ ਨੇ, ਜਦੋਂ ਘਰ ਰੇੜਕਾ ਰੜਕਦੇ ਸਨ ਮੱਖਣ ਕੱਢ ਲੈਂਦੇ ਸਨ, ਅਤੇ ਮੱਖਣ ਕੱਢ ਕੇ ਜਿਹੜੀ ਉਹ ਚਾਟੀ ਹੁੰਦੀ ਸੀ ਉਹ ਰੱਖ ਦਿੱਤੀ, ਜੇ ਗੁਆਂਢੀ ਨੂੰ ਲੱਸੀ ਦੀ ਲੋੜ ਹੋਵੇ ਤਾਂ ਕਦੀ ਬਹੁਤਾ ਖਿਆਲ ਅੱਲਾ ਇੱਥੋਂ ਪਾ ਲੈ, ਅੱਛਾ ਅੱਛਾ ਕੀ ਕਰ ਲੈ ਪਾ ਲੈ, ਮੱਖਣ ਨੂੰ ਸੰਭਾਲ ਲੈਂਦੇ ਸਨ। ਦੋਵਾਂ 'ਚ ਫਰਕ ਹੈ ਨਾ। ਕਹਿਣ ਲੱਗੇ ਫੋਕਟ ਕਰਮ ਤੇ ਸ਼ੁਭ ਕਰਮ ਇਹਨਾਂ ਦੋਹਾਂ ਵਿੱਚ ਇਹੋ ਅੰਤਰ ਹੈ। ਚੰਗੇ ਕਰਮ ਸ਼ੁਭ ਕਰਮ ਜਿਹੜੇ ਨੇ ਉਹਨਾਂ ਦੀ ਵੈਲਿਊ ਵਧੇ, ਚੰਗਿਆਈਆਂ ਦੀ ਨੇਕੀਆਂ ਦੀ ਵੈਲਿਊ ਹੈ। ਤੇ ਫੋਕਟ ਕਰਮ ਹੁਣ ਦੂਜਾ ਪੱਖ ਗੁਰੂ ਨੇ ਕੋਈ ਪਾਸਾ ਛੱਡਿਆ ਨੇ, ਇੱਕ ਸ਼ਬਦ ਹੋਰ ਹੈ ਜਿਹਦੇ ਵਿੱਚ ਇੱਕ ਲਫ਼ਜ਼ ਹੋਰ ਕਲੀਅਰ ਕੀਤੇ ਨੇ। ਕਹਿਣ ਲੱਗੇ ਸੰਸਾਰ ਦੇ ਜਿੰਨੇ ਕਰਮ ਨੇ ਉਹ ਲੱਸੀ ਨੂੰ ਫੋਕਟ ਨੇ, ਸੰਸਾਰ ਕੰਮਾਂ ਵਿੱਚ ਮਨੁੱਖ ਜੀਵਨ ਬਿਤਾ ਰਿਹਾ ਪਰ ਕੀ ਦੁਨੀਆਂ ਛੱਡਦੇ ਆ, ਇਸ ਖਿਆਲੋਂ ਛੱਡਦੇ ਆ ਵੀ ਇੱਥੇ ਲੱਸੀ ਵੀ ਹੈ, ਇਸ ਖਿਆਲੋਂ ਛੱਡਦੇ ਆ ਇੱਥੇ ਅਵਗੁਣ ਵੀ ਨੇ। ਕਈ ਲੋਕ ਇਸੇ ਲਈ ਸੰਸਾਰ ਛੱਡਦੇ ਨੇ ਨਾ, ਜਿਹੜੇ ਜੰਗਲਾਂ ਵਿੱਚ ਜਾਂਦੇ ਨੇ ਪੁਰਾਤਨ ਸਮੇਂ ਅੰਦਰ ਜਦੋਂ ਇਸਤਰੀ ਪੜ੍ਹਨ ਉੱਥੇ ਉਹ ਕਹਿੰਦੇ ਜੀ ਸੰਸਾਰ ਜਿਹੜਾ ਉਹ ਤਾਂ ਦੁੱਖਾਂ ਦਾ ਘਾਟ, ਸੰਸਾਰ ਜਿਹੜਾ ਉੱਥੇ ਗੁਨਾਹ ਨੇ ਉੱਥੇ ਪਾਪ ਨੇ, ਛੱਡ ਦਿਓ। ਗੁਰੂ ਕਹਿੰਦੇ ਦੁਨੀਆਂ ਛੱਡ ਦਿਓ, ਮੱਖਣ ਵੀ ਤਾਂ ਇਸੇ ਵਿੱਚ ਹੈ, ਛੱਡ ਦਿਓ। ਬਲਕਿ ਇੱਕ ਸ਼ਬਦ ਅੰਦਰ ਸਤਿਗੁਰੂ ਨੇ ਸਪਸ਼ਟ ਕੀਤਾ, ਕਹਿਣ ਲੱਗੇ ਮੇਰਾ ਮਾਲਕ ਐਸਾ ਹੈ ਜਿਹੜਾ ਤੇਰੀ ਛਾਛ ਵੀ ਨਹੀਂ ਗਵਾਉਂਦਾ, ਕਹਿੰਦਾ ਮਤਲਬ ਦੁਨੀਆਂ ਤੇਰੀ ਗਵਾਉਂਦਾ ਨਹੀਂ, ਸਿਰਫ ਤੈਨੂੰ ਸਮਝਾਉਂਦਾ ਹੈ, ਸਮਝਾਉਂਦਾ ਤੈਨੂੰ ਪਤਾ ਹੋਵੇ ਆਹ ਮੱਖਣ ਹੈ ਆਹ ਛਾਛ, ਇਹਦੀ ਵੈਲਿਊ ਕੀ ਹੈ, ਇਹਦੀ ਵੈਲਿਊ ਕੀ ਹੈ। ਕਰਮ ਕਾਂਡ ਫੋਕਟ ਕੰਮ ਕੀ ਨੇ, ਗੁਰਮਤ ਦੇ ਕਾਜ਼ ਕਰਮ ਜੀਵਨ ਕੀ ਹੈ। ਕਹਿਣ ਲੱਗੇ ਮਾਲਕ ਦੀ ਇਹ ਵਡਿਆਈ ਹੈ ਕਿ ਉਹ ਛਾਛ ਗੁਆਉਂਦਾ ਨਹੀਂ, ਬਾਣੀ ਦਾ ਸ਼ਬਦ ਹੈ। ਕਹਿਣ ਲੱਗੇ ਜਦੋਂ ਤੈਨੂੰ ਰੇੜਕਾ ਰਿੜਕਣਾ ਆ ਜਾਏ, ਤੈਨੂੰ ਪਤਾ ਲੱਗ ਜਾਏ ਰੇੜਕਾ ਕਿਵੇਂ ਰਿੜਕਣਾ ਹੈ, ਉਦੋਂ ਤੈਨੂੰ ਵਿਸ਼ਵਾਸ ਹੋਏਗਾ ਕਿ ਲੱਸੀ ਤੇ ਮੱਖਣ ਦੋਨੋਂ ਇਸ ਘਰ ਵਿੱਚ ਨੇ। ਆਹ ਐਸਾ ਰਿੜਕਾ ਰਿੜਕ ਕਿ ਤੇਰਾ ਸੰਸਾਰ ਵੀ ਨਾ ਜਾਏ, ਕਿਤੇ ਐਸਾ ਨਾ ਹੋਵੇ ਦੀਨ ਗਵਾਇਆ ਦੁਨੀ ਸਿਓ, ਇੱਕ ਨੇ ਦੀਨ ਗਵਾ ਲਿਆ ਇੱਕ ਨੇ ਦੁਨੀ ਗਵਾ ਲਈ, ਫਿਰ ਤੇ ਗੱਲ ਬਰਾਬਰ ਹੋ ਗਈ। ਕਹਿਣ ਲੱਗੇ ਨਹੀਂ, ਤੈਨੂੰ ਐਸਾ ਜੀਵਨ ਦਾ ਰੇੜਕਾ ਦੱਸਣਾ ਚਾਹੁੰਦਾ ਕਿ ਮਾਲਕ ਤੇਰੀ ਛਾਛ ਵੀ ਨਾ ਗਵਾਏ, ਤੂੰ ਦੁਨੀਆਂ ਵਿੱਚ ਰਹਿ, ਦੁਨੀਆਂ ਦੇ ਸੁੱਖ ਭੋਗ, ਦੁਨੀਆਂ ਉਹਨੂੰ ਵਿਚਾਰ ਆਖੇ ਤੂੰ ਗ੍ਰਸਤ ਆਖ, ਦੁਨੀਆਂ ਉਹਨੂੰ ਕ੍ਰੋਧ ਆਖੇ ਤੂੰ ਵੀਰ ਰਸ ਆਖ, ਦੁਨੀਆਂ ਉਸਨੂੰ ਸੰਸਾਰ ਨੇ ਇੱਕ ਵਾਰ ਕੀਤੀ ਉਸਨੇ ਕੰਮ ਕਰਦ ਲੋ ਮੋਹੰਕਾਰ ਕੀ, ਦੁਨੀਆਂ ਉਸਨੂੰ ਲੋਭ ਆਖੇ ਤੂੰ ਉਹਨੂੰ ਕਿਰਤ ਬਣਾ, ਤਾਂ ਕਿ ਛਾਛ ਵੀ ਕਿਉਂ ਬੇਟੇ ਕੋ ਛਾਟਤੇ ਹਾਰੀ। ਐਸਾ ਰਿੜਕਾ ਰਿੜਕ ਕਿ ਕਿਉਂ ਬੇਟੇ ਕੋ ਛਾਛ ਤੇ ਹਾਰੀ, ਉਹ ਮਾਲਕ ਤੇਰੀ ਛਾਛ ਵੀ ਖਤਮ ਨਹੀਂ ਕਰੇਗਾ। ਹਾਂ ਇਹ ਗੱਲ ਵੱਖਰੀ, ਤੈਨੂੰ ਪਤਾ ਹੋਵੇ ਕਿ ਛਾਛ ਜਿਹੜੀ ਹੈ ਉਹ ਸੰਸਾਰ ਵਾਸਤੇ ਹੈ, ਰੱਬ ਨਾਲ ਜੁੜੇ ਹੋਏ ਮਨੁੱਖ ਛਾਛ ਤੇ ਨਹੀਂ ਖਲੋਂਦੇ, ਉਹ ਵਿੱਚੋਂ ਸੁਕਿਰਤ ਲੱਭਦੇ ਨੇ। ਬਾਬਾ
ਬਾਬਾ ਕਬੀਰ ਜੀ ਨੇ ਇਹੋ ਗੱਲ ਆਖ ਦਿੱਤੀ, ਕਹਿਣ ਲੱਗੇ ਕਬੀਰ ਮਾਇਆ ਡੋਲਨੀ ਪਵਨ ਛਪੋਲਨ ਹਾਰ। ਪਵਨ ਕੀ ਹੈ? ਗੁਰੂ ਰੋਪਣ ਮੈਂ ਪਵਨ ਗੁਰੂ ਪਾਣੀ ਕੀਤਾ। ਪਵਨ ਹੈ ਗੁਰੂ ਤੇ ਗੁਰੂ ਹੈ ਗਿਆਨ। ਕਹਿਣ ਲੱਗੇ ਮਾਇਆ ਦਾ ਉਪਜ ਇਹ ਸੰਸਾਰ ਹੈ, ਇਹ ਸਰੀਰ ਜਿੰਨਾ ਦੇਖਣ ਵਾਲੀ ਚੀਜ਼ ਜਿੰਨੀ ਹੈ ਉਹ ਮਾਇਆ ਦੀ ਉਪਜ ਹੈ, ਇਹ ਸਰੀਰ ਮਾਇਆ ਦਾ ਪੁਤਲਾ। ਗੁਰਬਾਣੀ ਦੇ ਲਫ਼ਜ਼ ਨੇ ਇਹ ਸਰੀਰ ਮਾਇਆ ਦਾ ਪੁਤਲਾ ਵਿੱਚ ਹਮੇ ਦੁਸ਼ਤੀ ਪਾਈ। ਸੰਸਾਰ ਜਿੰਨਾ ਹੈ ਉਹ ਮਾਇਆ ਦੀ ਉਪਜ ਹੈ। ਮੇਰੇ ਨਿਰੰਕਾਰ ਨੇ ਜਿੰਨੀ ਦਿਸਣ ਵਾਲੀ ਚੀਜ਼ ਸੀ, ਜਿੰਨੀ ਸਥੂਲਤਾ ਸੀ, ਉਹ ਸਾਰੀ ਮਾਇਆ ਦੀ ਝੋਲੀ ਪਾ ਦਿੱਤੀ, ਤੇ ਜਿੰਨੀ ਸੂਖਸ਼ਮਤਾ ਸੀ ਉਹ ਆਪਣੇ ਕੋਲ ਰੱਖ ਲਿਆ, ਕਿਉਂਕਿ ਆਪ ਸੂਖਸ਼ਮ ਸੀ। ਇਸ ਨੇ ਜੀਵ ਆਪਣੀ ਮਰਜ਼ੀ 'ਤੇ ਰੱਖ ਲਿਆ, ਆਤਮਾ ਆਪਣੀ ਮਰਜ਼ੀ 'ਤੇ ਰੱਖ ਲਈ, ਮਨ ਆਪਣੀ ਮਰਜ਼ੀ 'ਤੇ ਰੱਖ ਲਿਆ। ਇਹ ਚੀਜ਼ਾਂ ਮਾਇਆ ਕੋਲ ਜਿਹੜੀਆਂ ਇਹਨਾਂ ਚੀਜ਼ਾਂ ਵਿੱਚੋਂ ਮਾਇਆ ਦੇ ਗ੍ਰਿਪ ਵਿੱਚ ਆਈਆਂ ਉਹ ਸਥੂਲ ਨਾਲੋਂ ਮਾੜੀਆਂ ਹੋ ਗਈਆਂ। ਅਤੇ ਕਹਿਣ ਲੱਗੇ ਇਹੋ ਗੱਲ ਸਮਝਣੀ ਹੈ ਕਿ ਭਰਿਆ ਪਵਨ ਛਕੋਲਨ ਹਾਰ। ਜਿਹੜਾ ਪਵਨ ਗੁਰੂ ਗਿਆਨ ਗੁਰੂ ਹੈ ਉਹ ਪੜਚੋਲ ਕਰਦਾ, ਰਿੜਕਾ ਰਿੜਕਦਾ ਹੈ, ਅਤੇ ਰਿੜਕਾ ਰਿੜਕ ਕੇ ਗਿਆਨ ਦੇ ਰਿੜਕੇ ਨਾਲ ਲੱਸੀ ਅਤੇ ਮੱਖਣ, ਚੰਗਿਆਈ ਅਤੇ ਬੁਰਿਆਈ, ਫੋਕਟ ਕਰਮ ਅਤੇ ਸ਼ੁਭ ਕਰਮ ਵੱਖਰੇ ਵੱਖਰੇ ਕਰ ਲੈਂਦਾ, ਪਛਾਣ ਲੈਂਦਾ। ਸ਼ਬਦ ਗਿਆਨ, ਗੁਰੂ ਗਿਆਨ, ਪਵਨ ਗਿਆਨ, ਇਸ ਮਾਇਆ ਦੀ ਡੋਲਣੀ ਸਰੀਰ ਵਿੱਚ ਜਦੋਂ ਪ੍ਰਵੇਸ਼ ਕਰਦਾ ਸੁਰਤੀ ਵਿੱਚ, ਉਦੋਂ ਸੱਚ ਅਤੇ ਝੂਠ ਦਾ ਨਿਰਣਾ ਹੋ ਜਾਂਦਾ, ਉਹਨੂੰ ਚੰਗਿਆਈ ਅਤੇ ਬੁਰਿਆਈ ਦਾ ਨਿਰਣਾ ਹੋ ਜਾਂਦਾ, ਉਦੋਂ ਸੰਸਾਰ ਅਤੇ ਨਿਰੰਕਾਰ ਦਾ ਨਿਰਣਾ ਹੋ ਜਾਂਦਾ। ਅਤੇ ਜਦੋਂ ਨਿਰਣਾ ਹੋ ਜਾਂਦਾ ਫਿਰ ਕੀ ਹੁੰਦਾ? ਉਹਦੇ ਵਿੱਚੋਂ ਜਿਹੜਾ ਗੁਰਮਤਿ ਨਾਲ, ਪ੍ਰਭੂ ਨਾਲ, ਮਾਲਕ ਨਾਲ ਜੁੜਿਆ ਹੋਇਆ ਸਾਧੂ ਮਹਾਤਮਾ ਜਿਹਨੂੰ ਅਸੀਂ ਆਖਦੇ ਹਾਂ, ਜੋ ਅਸਲ ਵਿੱਚ ਮਹਾਂਪੁਰਸ਼ ਹੈ, ਉਹ ਜਿਹੜਾ ਫਿਰ ਉਹ ਛਾਛ ਦੀ ਵੈਲਿਊ ਨਹੀਂ ਸਮਝਦਾ, ਉਹ ਸਮਝਦਾ ਮੇਰੇ ਲਈ ਤਾਂ ਮੱਖਣ ਹੀ ਮੱਖਣ ਹੈ। ਜੇ ਮੈਂ ਇਸ ਗੁਰਮਤਿ ਦੇ ਚੰਗੇ ਕਰਮਾਂ ਨਾਲ ਜੀਵਨ ਜਿਉਣਾਗਾ ਤਾਂ ਮੈਨੂੰ ਮੱਖਣ ਪ੍ਰਾਪਤ ਹੋਵੇਗਾ, ਜੇ ਸੰਸਾਰਿਕ ਝੂਠੇ ਕਰਮਾਂ ਨਾਲ ਜੀਵਨ ਗੁਜ਼ਾਰਾਂਗਾ ਤਾਂ ਛਾਛ ਮਿਲੇਗੀ। ਇਸ ਲਈ ਉਹ ਛਾਛ ਸੰਸਾਰ ਲਈ ਛੱਡ ਦਿੱਤਾ ਅਤੇ ਆਪ ਗੁਰਮਤਿ ਦੇ ਵਿਸ਼ਿਆਂ ਦੇ ਚੰਗੇ ਕਰਮ ਜਿਹੜੇ ਨੇ ਉਹਨੂੰ ਗ੍ਰਹਿਣ ਕਰਦਾ ਹੈ। ਆਪਣੇ ਦਸਾਂ ਤੋਂ ਬਾਬਾ ਕਬੀਰ ਕਹਿੰਦੇ ਦੇ ਹਿੱਸੇ ਆਏ ਨੇ, ਤੇ ਗੁਣ ਜਿਹੜੇ ਨੇ ਉਹ ਮੱਖਣ ਬਣ ਕੇ ਚੰਗੇ ਪੁਰਸ਼ ਭਰੇ ਪੁਰਸ਼ ਦੀ ਖੁਰਾਕ ਬਣਦੇ ਨੇ, ਤੇ ਉਹ ਤਾਂ ਹੀ ਬਣਦੇ ਨੇ ਜੇ ਕਦੀ ਗੁਰਮਤਿ ਦਾ ਗਿਆਨ ਰੂਪੀ ਪਵਨ ਜਿਹੜੀ ਹੈ
ਉਹ ਉਸ ਨੂੰ ਨਖੇੜ ਕੇ ਵੱਖ ਕਰੇ, ਉਹਦੀ ਪੜਚੋਲ ਕਰੇ, ਉਹਨੂੰ ਸਮਝ ਲੈ ਆ ਗੁਣ ਨੇ ਆ ਅਵਗੁਣ ਨੇ। ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾ ਹੀ ਜੀਉ ਭਰਿਆ। ਅਵਗੁਣ ਛੱਡ ਦੇ, ਗੁਣਾਂ ਨੂੰ ਪ੍ਰਾਪਤ ਕਰ। ਜੇ ਅਵਗੁਣ ਕਰੇਗਾ ਤਾਂ ਪਛਤਾਵਾ ਹੀ ਪਛਤਾਵਾ ਪੱਲੇ ਪਏਗਾ। ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾ ਹੀ ਜੀਉ। ਇਸ ਲਈ ਜੀਵਨ ਦਾ ਇੱਕ ਰਸਤਾ ਦੱਸਦੇ ਨੇ ਕਿ ਇਹ ਸੰਸਾਰ ਜਿਹਦੇ ਵਿੱਚ ਗੁਣ ਅਤੇ ਅਵਗੁਣ ਦੋਨੋਂ ਹੀ ਨੇ, ਛਾਛ ਅਤੇ ਮੱਖਣ ਦੋਨੋਂ ਹੀ ਨੇ। ਵੇਖੀ ਕਿਤੇ ਛਾਛ ਦੇ ਮਗਰ ਲੱਗ ਕੇ ਕੁਝ ਦਿਨਾਂ ਵਿੱਚ ਹੀ ਐਸੇ ਸਾਕਤ ਪੁਰਸ਼ ਦਾ ਜੀਵਨ ਨਾ ਅਪਣਾ ਲਈ ਜਿਹੜਾ ਆਪਣੇ ਗੁਣਾਂ ਨੂੰ ਛੁਪਾਉਂਦਿਆਂ ਹੀ ਜ਼ਿੰਦਗੀ ਬਿਤਾ ਦੇਵੇ, ਪਰ ਉਹਦੇ ਗੁਣਾਂ ਛੁਪ ਨਾ ਸਕਣ। ਦੁਨੀਆਂ ਦਾ ਹਰ ਮਨੁੱਖ ਉਹਦੇ ਤੋਂ ਨਫ਼ਰਤ ਕਰੇ। ਪਿਛਲੇ ਦਿਨਾਂ ਵਿੱਚ ਇੱਕ ਪ੍ਰਮਾਣ ਆਇਆ ਸੀ ਕਿ ਲੋਕ ਸਾਕਤ ਤੋਂ ਨਫ਼ਰਤ ਕਿਵੇਂ ਕਰਦੇ ਨੇ, ਅਤੇ ਲਫ਼ਜ਼ ਸਨ ਕਿ ਜੇ ਸੂਰ ਮਰ ਜਾਏ ਸਾਕਤ ਤੇ ਸੂਕਰ ਭਲਾ ਰੱਖੇ ਅੱਛਾ ਗਾਓ। ਸੂਰ ਮਰ ਜਾਏ ਤੇ ਲੋਕ ਯਾਦ ਕਰਦੇ ਨੇ, ਚਲੋ ਗਲੀਆਂ ਦਾ ਕੂੜਾ ਖਾ ਜਾਂਦਾ ਸੀ, ਗੰਦ ਖਾ ਜਾਂਦਾ ਸੀ, ਸਾਧਨ ਨਹੀਂ ਸਨ, ਸਫਾਈ ਦੇ ਆਪੇ ਹੀ ਸਾਫ ਕਰ ਦਿੰਦਾ ਸੀ। ਸਾਕਤ ਤੇ ਸੂਕਰ ਵਾਲਾ ਰੱਖੇ ਅੱਛਾ ਗਾਓ, ਪਰ ਸਾਕਤ ਬੱਪਰਾ ਮਰ ਗਿਆ ਕੋਈ ਨਾ ਲੈ ਹੈ ਨਾ। ਸੋ ਇਹਨਾਂ ਦੋਹਾਂ ਦਾ ਫਰਕ ਸਮਝਣਾ ਹੈ ਜੋ ਬਾਬਾ ਕਬੀਰ ਜੀ ਗੁਰਬਾਣੀ ਰਾਹੀਂ ਸਮਝਾ ਰਹੇ ਨੇ। ਇਹਨਾਂ ਸ਼ਬਦਾਂ ਨਾਲ ਮਾਤਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।